ਪੰਜਾਬ ਵਿੱਚ ਕੋਰੋਨਾ ਦੇ ਡਰ ਤੋਂ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਜਿਸ ਦੌਰਾਨ ਪੰਜਾਬ ਪੁਲਿਸ ਪੰਜਾਬ ਦੇ ਚੱਪੇ ਚੱਪੇ 'ਤੇ ਤੈਨਾਤ ਹੈ। ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਮਨਾਹੀ ਕੀਤੀ ਗਈ ਹੈ। ਇਸ ਦੌਰਾਨ ਕਈ ਅਜਿਹੇ ਲੋਕ ਵੀ ਨੇ ਜੋ ਕਰਫਿਊ ਦੌਰਾਨ ਕਾਨੂੰਨ ਦੇ ਨਿਯਮਾਂ ਦੀ ਧੱਜੀਆਂ ਉਡਾ ਰਹੇ ਨੇ। ਤਾਜ਼ਾ ਮਾਮਲਾ ਅਜਨਾਲਾ ਦੇ ਪਿੰਡ ਡੱਲਾ ਰਾਜਪੁਰਾ ਤੋਂ ਸਾਹਮਣੇ ਹੈ ਜਿੱਥੇ ਦੋ ਪਰਿਵਾਰਾਂ ਵਿੱਚ ਗਲੀ ਦੇ ਰਸਤੇ ਨੂੰ ਲੈ ਕੇ ਆਪਸੀ ਲੜਾਈ ਝਗੜਾ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਪਹਿਲੀ ਧਿਰ ਵੱਲੋਂ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੂਜੀ ਧਿਰ ਨੂੰ ਕੰਧ ਕਰਨ ਤੋਂ ਮਨਾ ਕੀਤਾ ਸੀ, ਪਰ ਕਰਫਿਊ ਦੌਰਾਨ ਦੂਜੀ ਧਿਰ ਦੇ ਲੋਕਾਂ ਨੇ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਗਲੀ ਵਿੱਚ ਕੰਧ ਕਰਕੇ ਦੋ ਪਰਿਵਾਰਾਂ ਦਾ ਰਸਤਾ ਰੋਕ ਦਿੱਤਾ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਕੰਧ ਕਰਨ ਵਾਲੇ ਆਰੋਪੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੀਪੋ ਨਾ, ਕੀ ਮਸਲਾ ਕੀ ਹੈ ਜੀ? ਮਸਲਾ ਹੈ ਕਿ ਮੇਰਾ ਆਦਮੀ ਮਰ ਗਿਆ ਹੈ ਤੇ ਮੈਂ ਵੀ ਨਹੀਂ ਪੰਜੀ ਬੱਚੇ ਵਿਆਹੇ ਨੇ, ਇਹ ਸਾਡੇ ਧੱਕਾ ਡਹਿ ਰਹੇ ਕਰ ਰਹੇ ਨੇ, ਸਾਡੀ ਬਣਦੀ ਸਾਂਭ ਪੈ ਰਹੇ ਤੇ ਘਰ ਦੀ ਸਾਂਭ ਪੈ ਰਹੇ। ਮਸਲਾ ਹੈ ਜੀ, ਇਹ ਸਾਡੀ ਦਾਦੀ ਪੁਰਾਣੇ ਰਹਿਣ ਦੇ, 50 ਸਾਲ ਤੋਂ ਇੱਥੇ 60 ਤੋਂ ਰਹਿਣ ਦੇ ਆ, ਰਸਤਾ ਚੱਲ ਰਿਹਾ ਸੀ ਸਾਡਾ, ਇਹ ਜਗਿੰਦਰ ਸਿੰਘ ਉਹਦੀ ਬੇਟੀ ਨੇ ਇਹਨਾਂ ਧੱਕਾ ਕਰਕੇ ਤੇ ਸਾਡਾ ਰਸਤਾ ਬੰਦ ਕਰ ਦਿੱਤਾ। ਸਾਡੀ ਇਹ ਕਲਫੂ ਕਰਕੇ ਸਾਡੀ ਹੋਈ ਨੀ, ਸੁਣਵਾਈ ਨੀ ਹੋਈ ਜੀ, ਤੇ ਆਪਾਂ ਜਨਾਲੇ ਵੀ ਗਏ ਤੇ ਸਰਪੰਚ ਸਾਹਿਬ ਰੋਕਦੇ ਰਹੇ, ਇਹਨਾਂ ਨੇ ਰੋਕਿਆ, ਇਹਨਾਂ ਨੇ ਜ਼ੋਰ ਨਾਲ ਕੰਧ ਕੱਢ ਲਈ ਜੀ, ਸਾਡੇ ਨਾਲ ਧੱਕਾ ਹੋਇਆ, ਸਾਡੇ ਨਾਲ ਕੋਈ ਗੱਲ ਨੀ। ਕਿੰਨੇ ਘਰਾਂ ਦਾ ਰਸਤਾ ਬੰਦ ਹੋਇਆ? ਇਹ ਸਾਡੇ ਦੋ ਘਰ ਨੇ ਜੀ, ਇੱਕ ਲਾਲ ਸਿੰਘ ਦੇ, ਇੱਕ ਸਾਡਾ ਮਾਣਾ ਸਾਡੀ ਦਾ। ਅੱਛਾ ਜੀ, ਹਾਂਜੀ। ਤੇ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਨੂੰ ਕੋਈ ਦਰਖਾਸਤ ਦਿੱਤੀ ਹੈ? ਹਾਂਜੀ, ਦਰਖਾਸਤਾਂ ਕੀਤੀਆਂ, ਉਹ ਆਏ ਵੀ, ਉਹ ਰੋਕਦੇ ਵੀ ਰਹੇ, ਉਹਨਾਂ ਨੂੰ ਸਰਪੰਚ ਸਾਹਿਬ ਵੀ ਰੋਕਦੇ ਰਹੇ, ਉਹਨਾਂ ਨੇ ਰੋਕਿਆ ਤੇ ਨਹੀਂ, ਉਹ ਕਹਿੰਦੇ ਆਪਾਂ ਆਪਣੇ ਜ਼ੋਰ ਨਾਲ ਕੰਧ ਕੱਢਣੀ ਕੱਢਣੀ, ਕਲਫੂ ਦਾ ਉਹਨਾਂ ਨੇ ਫਾਇਦਾ ਉਠਾਇਆ ਜੀ। ਅੱਛਾ, ਕੀ ਮੰਗ ਕੀ ਕਰਦੇ ਹੋ? ਮੰਗ ਆਪਾਂ ਇਹ ਕਰਨੀ, ਸਾਡੇ ਪੁਲਿਸ ਪ੍ਰਸ਼ਾਸਨ ਸੁਣੇ ਸਾਡੀ ਤੇ ਸਾਡਾ ਰਾਹ ਖੁੱਲਣਾ ਚਾਹੀਦਾ ਜੀ, ਕੰਧ ਢੱਠ ਕੇ ਰਾਹ ਖੁੱਲਣਾ ਚਾਹੀਦਾ, ਉਹਨਾਂ ਨੇ ਜ਼ੋਰ ਨਾਲ ਧੱਕੇ ਨਾਲ ਕੰਧ ਕੱਢੀ ਜੀ। ਕੰਧ ਹਜੇ ਰੱਖੀ ਨੀ ਮੈਂ ਉਹਨਾਂ ਨੂੰ ਰੋਕਿਆ ਵੀ ਕੰਧ ਨਹੀਂ ਕੱਢਣੀ। ਤੁਹਾਡਾ ਬਹਿ ਕੇ ਫੈਸਲਾ ਕਰਾਵਾਂਗੇ। ਮੈਂ ਉਹਦੇ ਨੇ ਸਾਡੀ ਮਾਲਕੀ, ਮੈਂ ਤੁਸੀਂ ਨਿਸ਼ਾਂਤੀ ਕਰਾ ਲਓ, ਜਿੱਥੋਂ ਦੀ ਉਹਦੀ ਕੰਧ ਕੱਢ ਲਓ। ਉਹਨਾਂ ਕੋਈ ਨਿਸ਼ਾਂਤੀ ਨਹੀਂ ਕਰਾਈ, ਸਾਨੂੰ ਕਹਿੰਦੇ ਨੇ ਜਾ ਕੇ ਅਸੀਂ ਤੈਨੂੰ ਨਹੀਂ ਜਾਣਦੇ। ਉਹ ਬੰਦਾ 100-150 ਬੰਦਾ ਹੈ, ਇਹ ਗਰੀਬ ਬੰਦੇ ਨੇ, ਇਹਨਾਂ ਦਾ ਧੱਕਾ ਕਰਦੇ ਨੇ, ਜੇ ਕੋਈ ਗੱਲ ਕਰਦਾ ਤੇ ਇਹਨਾਂ ਦੇ ਗੱਲ ਪੈ ਜਾਂਦੇ ਨੇ, ਤੇ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ। ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ? ਪੁਲਿਸ ਪ੍ਰਸ਼ਾਸਨ ਤੇ ਮਦਦ ਕਰਦਾ, ਉਹਨਾਂ ਨੇ ਟਾਈਮ ਦਿੱਤਾ ਸੀ ਵੀ ਤੁਸੀਂ ਕੰਧ ਨਹੀਂ ਕੱਢਣੀ, ਕਰਫਿਊ ਦੇ ਵਿੱਚ ਸਾਡਾ ਟਾਈਮ ਨਹੀਂ ਗਾ, ਬਹੁਤ ਜ਼ਿਆਦਾ ਅਸੀਂ ਭੱਜਣਾ, ਸਾਨੂੰ ਰਹਿੰਦੀ ਹੈ, ਬਿਜ਼ੀ ਰਹਿੰਦੇ ਨੇ ਜ਼ਿਆਦਾ, ਤੇ ਆਇਆ ਨਹੀਂ ਜਾਂਦਾ, ਉਹਨਾਂ ਡੱਕ ਕੇ ਗਏ ਨੇ, ਇਹਨਾਂ ਉਹਨਾਂ ਦੀ ਨਹੀਂ ਸੁਣੀ ਕੋਈ ਵੀ। ਉਧਰ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਦੂਜੀ ਧੀ ਨੂੰ ਕੰਧ ਕਰਨ ਤੋਂ ਮਨਾ ਕੀਤਾ ਗਿਆ ਸੀ, ਪਰ ਫਿਰ ਵੀ ਇਹਨਾਂ ਲੋਕਾਂ ਵੱਲੋਂ ਕੰਧ ਕੀਤੀ ਗਈ, ਜੋ ਕਿ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਆਰੋਪੀਆਂ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਹਰੀ ਸਿੰਘ ਹੈ, ਪਿੰਡ ਰਾਜਪੁਤਾਂ,
ਉਹਨੇ 6 ਤਨਖਾਹ ਦਿੱਤੀਆਂ ਸੀ ਕਾਫੀ ਵੀ ਮੇਰੀ ਜਿਹੜੀ ਆ ਵੀ ਮੇਰਾ ਜਿਹੜੀ ਤਨਖਾਹ 6 ਮਰ ਹੈਗੀ ਆ ਅਤੇ ਇਹ ਧੱਕਾ ਕਰ ਰਹੇ ਆ ਹਾਂਜੀ ਅਤੇ ਇਹ ਕੰਧ ਕਰ ਰਹੇ ਆ ਅਤੇ ਮੈਂ ਜਾ ਕੇ ਉੱਥੇ ਤੋਂ ਪਾਰਟੀ ਹੋ ਗਿਆ ਸੀ ਉਹਨਾਂ ਕੋਲ ਮੈਂ ਕਿਹਾ ਵੀ ਤੁਸੀਂ ਇਹ ਕੰਧ ਨਹੀਂ ਕਰਨੀ ਕੋਈ ਵੀ ਠੀਕ ਹੈ ਅਤੇ ਉਹ ਰੋਕਿਆ ਸੀ ਉਹਨਾਂ ਨੂੰ ਮੈਂ ਪਰ ਇਹ ਜਿਹੜੀ ਦੂਜੀ ਪਾਰਟੀ ਹੈਗੀ ਆ ਆਪਣੀ ਜਗਿੰਦਰ ਸਿੰਘ ਪਾਰਟੀ ਜਿਹੜੀ ਆ ਪਰ ਇਹ ਨਹੀਂ ਹਟੇ ਇਹਨਾਂ ਰਾਤ ਦਿਨ ਜਾ ਕੇ ਇਹਨਾਂ ਰਾਤੋਂ ਰਾਤ ਕੰਧ ਕਰ ਲਈ ਇਹਨਾਂ ਨੇ ਜਾ ਕੇ ਅਤੇ ਇੱਕ ਕਾਨੂੰਨ ਦੀ ਉਲੰਘਣਾ ਕੀਤੀ ਇਹਨਾਂ ਨੇ ਉਹ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾਵੇਗੀ। ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-5 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।